ਸੋ ਦਾ ਤੇ ਕੌਂਸਲ ਨੇ ਕਿਹਾ ਹੈ ਕਿ ਅਸੀਂ ਜਿਹੜੀ ਕੱਲ੍ਹ ਸੀਗੇ ਪੇਸ ਉਹ ਰਿਪੋਰਟ ਕਰਨੀ ਸੀ ਜਿਹੜੀ ਵਿੱਚ ਮਸਲਾ ਸੀ ਕਿ ਪਖਾਨੇ ਦੇ ਵਿੱਚ ਕਿੱਥੇ ਉਹਨਾਂ ਦੀ ਫੋਟੋਜ਼ ਹੈਗੀਆਂ ਉਸ ਪੇਸ਼ ਨਹੀਂ ਕਰ ਸਕਦੇ ਸੋ ਵੀ ਨੀਡ ਸਮ ਟਾਈਮ ਰੈਸਟ ਆਫ ਇਨ ਹੈਡੀਅਸ ਸੀ ਮੇਰੇ ਵਾਲੇ ਸਟੋਰ ਵਿੱਚ ਕੰਮ ਉਸ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਭੇਜ ਦਿੱਤਾ ਹੈਗਾ ਛੱਡ ਦਿੱਤਾ ਉਸ ਵਿੱਚ ਇੱਕ ਜਵਿੰਦਰ ਸਿੰਘ ਹਰੀਆਵਾਲ ਨੇ ਗਗਨਦੀਪ ਸਿੰਘ ਮੈਗਜ਼ਰ ਨੇ ਉਹਨਾਂ ਦੋਨਾਂ ਨੂੰ ਛੱਡ ਦਿੱਤਾ ਗਿਆ ਥਰਡ ਵਨ ਦਾ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਕਸਟਡੀ ਜਿਹੜਾ ਉਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਰਮੇਤ ਸਿੰਘ ਯੋਧਾ ਸੀ ਜਿਹੜਾ ਉਹਦੀ ਕਾਰ ਡਰਾਈਵ ਕਰਦਾ ਸੀ ਜਨ ਅਸੀਂ ਕੋਰਟ ਨੂੰ ਦੱਸਿਆ ਹੈ ਕਿ ਜਿਹੜੇ ਸਾਡੇ ਦੋ ਬੰਦਿਆਂ ਨੂੰ ਰਿਲੀਜ਼ ਕੀਤਾ ਹੈ ਉਸ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀਆਂ ਸੇਫ ਗਾਰਡਸ ਪ੍ਰੋਵਾਈਡ ਨੇ ਆਰਟੀਕਲ 21-22 ਦੇ ਅੰਡਰ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਇਹਨਾਂ ਨੂੰ ਇਲਾਕਾ ਮੈਜਿਸਟਰੇਟ ਕੋਲ ਪੇਸ਼ ਨਹੀਂ ਕੀਤਾ ਸੋ ਅਸੀਂ ਇਹਦੇ ਵਿੱਚ ਜਿਹੜੇ ਡਿਟੈਨਿਊਸ ਨੇ ਉਹਨਾਂ ਦਾ ਐਫੀਡੇਵਿਟ ਪੇਸ਼ ਕਰਨਾ ਚਾਹੁੰਦੇ ਹਾਂ ਸੋ ਉਹਨਾਂ ਵਿੱਚ ਵੀ ਕੋਰਟ ਨੇ ਸਾਨੂੰ ਕਹਿਤਾ ਕਿ ਤੁਸੀਂ ਆਪਦਾ ਐਫੀਡੇਵਿਟ ਪੇਸ਼ ਕਰੋ ਸੋ ਕੇਸ ਜਿਹੜਾ ਵਾ ਐਡਜ਼ੋਲਵ ਕਰ ਦਿੱਤਾ ਅਮਰਪਾਲ ਵਾਲੇ ਕੇਸ ਨਾਲ ਜਿਹੜੀ ਡਾਇਰੈਕਸ਼ਨ ਹੋ ਗਈ ਸੀ ਜਾਣਕਾਰੀ ਕੋਈ ਜਾਣਦੇ ਤੁਸੀਂ ਨਹੀਂ ਮੰਨਦੇ ਹਾਂ ਉਹ ਕੰਪਲਾਈ ਨਹੀਂ ਹੋਈ ਉਸ ਟਾਈਮ ਦੇ ਵਿੱਚ ਜਿਹੜੇ ਅੱਜ ਤੱਕ ਕੋਰਟ ਨੇ ਤੇ ਕਈ ਗੱਲਾਂ ਕੀਤੀਆਂ ਨੇ ਕਿ ਤੁਸੀਂ ਡਾਇਰੈਕਸ਼ਨ ਤਾਂ ਬਦਲ ਦੇ ਨਹੀਂ ਸਕਦੇ ਅਗਲੀ ਤਰੀਕ ਕਦੋਂ ਹੈ ਜਸਟ ਬਿਲਕੁਲ ਪਹੁੰਚੇ ਆਪ 11 ਅਪ੍ਰੈਲ 11 ਅਪ੍ਰੈਲ ਹੋ ਗਿਆ ਉਹਦੇ ਵਿੱਚ ਜੋ ਵੀ ਹੈਗਾ ਪੰਜਾਬ ਸਰਕਾਰ ਨੇ ਹਾਂ ਉਹਦੇ ਵਿੱਚ MHS ਅਪੁਆਇੰਟ ਕੀਤੇ ਨੇ ਤੁਹਾਨੂੰ ਬੇਟੀ ਉਹਨਾਂ ਨੇ ਬੜਾ ਅੱਛਾ ਦੋਨੋਂ ਪਾਸੇ ਕੋਆਰਡੀਨੇਟ ਕੀਤਾ ਜਜਮੈਂਟਸ ਦਿੱਤੀਆਂ ਨੇ ਉਹਨਾਂ ਨੂੰ ਵਾਚ ਕਰਨ ਤੋਂ ਬਾਅਦ 11 ਅਪ੍ਰੈਲ ਨੂੰ ਪੰਜਾਬ ਸਰਕਾਰ ਤਾਂ ਪਾਰਟੀ ਨਿਊਜ਼ ਵੀ ਡਿਨਾਈ ਕਰ ਰਹੀ ਹੈ ਕਿ ਸਾਡੀ ਕਸਟਡੀ ਵਿੱਚ ਨਹੀਂ ਹੈਗਾ ਮੈਂ ਕੱਲ੍ਹ ਕੋਰਟ ਦੇ ਵਿੱਚ ਗੱਲ ਐਕਸਪਲੇਨ ਕੀਤੀ ਸੀ ਕਿ ਜਦੋਂ ਇਹ ਆਪਰੇਸ਼ਨ ਜਿਹੜਾ ਆਰਗਨਾਈਜ਼ਡ ਆਪਰੇਸ਼ਨ ਸੀ ਸਟੇਟ ਗਵਰਨਮੈਂਟ ਦਾ ਔਨ ਦਾ ਸੇਮ ਟਾਈਮ ਪੰਜਾਬ ਅਤੇ ਹਰਿਆਣੇ ਵਿੱਚ ਰੇਡਸ ਕੰਡਕਟ ਹੋਈਆਂ ਨੇ ਜਦੋਂ ਤੁਸੀਂ ਆਲ ਦਾ ਐਸੋਸੀਏਟਸ ਅਰੈਸਟ ਕਰਨੇ ਨੇ ਫਿਰ ਹਾਂ ਇਟਸ ਹਾਈਲੀ ਇੰਪਰੋਬੇਬਲ ਕਿ ਤੁਸੀਂ ਜਿਹੜਾ ਮੇਨ ਟਾਰਗੇਟ ਹੈ ਤੁਹਾਡੇ ਤੋਂ ਅਸਕੇਪ ਕਰ ਜਾਏ ਸੋ ਚਾਹੀਦੀ ਤਾਂ ਹੈਗੀ ਹੈ ਕਿ ਤੁਸੀਂ ਸਟੇਟ ਦੀ ਐਕਸਪਲੇਨੇਸ਼ਨ ਲਓ ਕਿ ਜਿਹੜਾ ਇਹ ਜੁਆਇੰਟ ਆਪਰੇਸ਼ਨ ਹੈਗਾ ਜਿਸ ਪੈਰਾਮਿਲਟਰੀ ਫੋਰਸਿਸ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਆਫਿਸਰਸ ਵੀ ਨੇ ਬੰਦਾ ਐਸਕੇਪ ਕਿਵੇਂ ਕਰ ਸਕਦਾ ਕੌਂਸਲ ਨੇ ਕਿਹਾ ਹੈ ਕਿ ਅਸੀਂ ਜਿਹੜੀ ਕੱਲ੍ਹ ਸੀਗੇ ਪੇਸ ਉਹ ਰਿਪੋਰਟ ਕਰਨੀ ਸੀ ਜਿਹੜੀ ਵਿੱਚ ਮਸਲਾ ਸੀ ਕਿ ਪਖਾਨੇ ਦੇ ਵਿੱਚ ਕਿੱਥੇ ਉਹਨਾਂ ਦੀ ਫੋਟੋਜ਼ ਹੈਗੀਆਂ ਉਸ ਪੇਸ਼ ਨਹੀਂ ਕਰ ਸਕਦੇ ਸੋ ਵੀ ਨੀਡ ਸਮ ਟਾਈਮ ਰੈਸਟ ਆਫ ਇਨ ਹੈਡੀਅਸ ਸੀ ਮੇਰੇ ਵਾਲੇ ਸਟੋਰ ਵਿੱਚ ਕੰਮ ਉਸ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਭੇਜ ਦਿੱਤਾ ਹੈਗਾ ਛੱਡ ਦਿੱਤਾ ਉਸ ਵਿੱਚ ਇੱਕ ਜਵਿੰਦਰ ਸਿੰਘ ਹਰੀਆਵਾਲ ਨੇ ਗਗਨਦੀਪ ਸਿੰਘ ਮੈਗਜ਼ਰ ਨੇ ਉਹਨਾਂ ਦੋਨਾਂ ਨੂੰ ਛੱਡ ਦਿੱਤਾ ਗਿਆ ਥਰਡ ਵਨ ਦਾ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਕਸਟਡੀ ਜਿਹੜਾ ਉਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਰਮੇਤ ਸਿੰਘ ਯੋਧਾ ਸੀ ਜਿਹੜਾ ਉਹਦੀ ਕਾਰ ਡਰਾਈਵ ਕਰਦਾ ਸੀ ਜਨ ਅਸੀਂ ਕੋਰਟ ਨੂੰ ਦੱਸਿਆ ਹੈ ਕਿ ਜਿਹੜੇ ਸਾਡੇ ਦੋ ਬੰਦਿਆਂ ਨੂੰ ਰਿਲੀਜ਼ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀਆਂ ਸੇਫ ਗਾਰਡਸ ਪ੍ਰੋਵਾਈਡਡ ਨੇ ਆਰਟੀਕਲ 21-22 ਦੇ ਅੰਡਰ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਇਹਨਾਂ ਨੂੰ ਇਲਾਕਾ ਮੈਜਿਸਟਰੇਟ ਕੋਲ ਪੇਸ਼ ਨਹੀਂ ਕੀਤਾ ਸੋ ਅਸੀਂ ਇਹਦੇ ਵਿੱਚ ਜਿਹੜੇ ਡਿਟੈਨਿਊਸ ਨੇ ਉਹਨਾਂ ਦਾ ਐਫੀਡੇਵਿਟ ਪੇਸ਼ ਕਰਨਾ ਚਾਹੁੰਦੇ ਹਾਂ ਸੋ ਉਹਨਾਂ ਵਿੱਚ ਵੀ ਕੋਰਟ ਨੇ ਸਾਨੂੰ ਕਹਿਤਾ ਹੈ ਕਿ ਤੁਸੀਂ ਆਪਦਾ ਐਫੀਡੇਵਿਟ ਪੇਸ਼ ਕਰੋ ਸੋ ਕੇਸ ਜਿਹੜਾ ਵਾ ਐਡਜ਼ੋਲਵ ਕਰ ਦਿੱਤਾ ਅਮਰਪਾਲ ਵਾਲੇ ਕੇਸ ਦੀ ਕੱਲ ਜਿਹੜੀ ਡਾਇਰੈਕਸ਼ਨ ਹੋਈ ਹੈ ਸੀ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹਾਂ ਉਹ ਕੰਪਲਾਈ ਨਹੀਂ ਹੋਈ ਉਸ ਟਾਈਮ ਦੇ ਵਿੱਚ ਜਿਹੜੇ ਅੱਜ ਤੱਕ ਕੋਰਟ ਨੇ ਤੇ ਕਈ ਗੱਲਾਂ ਕੀਤੀਆਂ ਨੇ ਕਿ ਤੁਸੀਂ ਇਹ ਡਾਇਰੈਕਸ਼ਨ ਤੋਂ ਬਦਲ ਦੇ ਨਹੀਂ ਸਕਦੇ ਅਗਲੀ ਤਰੀਕ ਕਦੋਂ ਹੈ ਜਸਟ ਬਿਲਕੁਲ ਪਹੁੰਚੇ ਆਪ 11 ਅਪ੍ਰੈਲ 11 ਅਪ੍ਰੈਲ ਹੋ ਗਿਆ ਉਹਦੇ ਵਿੱਚ ਜੋ ਵੀ ਹੈਗਾ ਪੰਜਾਬ ਸਰਕਾਰ ਨੇ ਅੱਜ ਹਾਂ ਉਹਦੇ ਵਿੱਚ MHS ਅਪੁਆਇੰਟ ਕੀਤੇ ਨੇ ਤੁਹਾਨੂੰ ਬੇਟੀ ਉਹਨਾਂ ਨੇ ਬੜਾ ਅੱਛਾ ਦੋਨੋਂ ਪਾਸੇ ਕੋਆਰਡੀਨੇਟ ਕੀਤਾ ਜਜਮੈਂਟਸ ਦਿੱਤੀਆਂ ਨੇ ਉਹਨਾਂ ਨੂੰ ਵਾਚ ਕਰਨ ਤੋਂ ਬਾਅਦ 11 ਅਪ੍ਰੈਲ ਨੂੰ ਪੰਜਾਬ ਸਰਕਾਰ ਤਾਂ ਪਾਰਟੀ ਨਿਊਜ਼ ਵੀ ਡਿਨਾਈ ਕਰ ਰਹੀ ਹੈ ਕਿ ਸਾਡੀ ਕਸਟਡੀ ਵਿੱਚ ਨਹੀਂ ਹੈਗਾ ਮੈਂ ਕੱਲ੍ਹ ਕੋਰਟ ਦੇ ਵਿੱਚ ਗੱਲ ਐਕਸਪਲੇਨ ਕੀਤੀ ਸੀ ਕਿ ਜਦੋਂ ਇਹ ਆਪਰੇਸ਼ਨ ਜਿਹੜਾ ਆਰਗਨਾਈਜ਼ਡ ਆਪਰੇਸ਼ਨ ਸੀ ਸਟੇਟ ਗਵਰਨਮੈਂਟ ਦਾ ਔਨ ਦਾ ਸੇਮ ਟਾਈਮ ਪੰਜਾਬ ਅਤੇ ਹਰਿਆਣੇ ਵਿੱਚ ਰੇਡਸ ਕੰਡਕਟ ਹੋਈਆਂ ਨੇ ਜਦੋਂ ਤੁਸੀਂ ਆਲ ਦਾ ਐਸੋਸੀਏਟਸ ਅਰੈਸਟ ਕਰਨੇ ਨੇ ਫਿਰ ਹਾਂ ਇਟਸ ਹਾਈਲੀ ਇੰਪਰੋਬੇਬਲ ਕਿ ਤੁਸੀਂ ਜਿਹੜਾ ਮੇਨ ਟਾਰਗੇਟ ਹੈ ਤੁਹਾਡੇ ਤੋਂ ਅਸਕੇਪ ਕਰ ਜਾਏ ਸੋ ਚਾਹੀਦੀ ਤਾਂ ਹੈਗੀ ਹੈ ਕਿ ਤੁਸੀਂ ਸਟੇਟ ਦੀ ਐਕਸਪਲੇਨੇਸ਼ਨ ਲਓ
ਕਿ ਜਿਹੜਾ ਇਹ ਜੁਆਇੰਟ ਆਪਰੇਸ਼ਨ ਹੈਗਾ ਜਿਸ ਪੈਰਾਮਿਲਟਰੀ ਫੋਰਸਿਸ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਆਫੀਸਰਸ ਵੀ ਨੇ ਬੰਦਾ ਐਸਕੇਪ ਕਿਵੇਂ ਕਰ ਸਕਦਾ।